ਡਾਕਟਰ ਹਰਦਿਆਲ ਸਿੰਘ ਬਰਾੜ ਜੀ ਦੀ ਸੰਸਾਰਕ ਯਾਤਰਾ ਸੰਸਾਰ ਨੂੰ ਸਮਝਣ ਦੀ ਸੀ ਆਪਣੀ ਆਰਥਿਕਤਾ ਨਾਲ ਲੜਨ ਦੀ ਵੀ ਸੀ ਅਧਿਆਤਮਿਕਤਾ ਦੇ ਪੱਥ ਤੇ ਚੱਲਦੇ ਆਪਣੇ ਅੰਦਰ ਨਾਲ ਇੱਕਮਿਕ ਹੋਣ ਦੀ ਵੀ ਸੀ ਉਹਨਾਂ ਦੇ ਸਾਹਮਣੇ ਕੋਈ ਉਦਾਹਰਣ ਨਹੀਂ ਸੀ ਜੋ ਵੀ ਇਸ ਜੀਵਨ ਚ ਕੀਤਾ ਉਹੀ ਕਰ ਸਕਦੇ ਸਨ ਇਸੇ ਲਈ ਉਹ ਨਵੇਕਲੇ ਮੌਲਿਕ ਸੱਜਰੇ ਵਿਲੱਖਣ ਤੇ ਅਨੋਖੇ ਸਨ ਸੰਸਾਰ ਨੂੰ ਉਹਨਾਂ ਦੀ ਲੋੜ ਸੀ ਇਸੇ ਲਈ ਕੁਦਰਤ ਨੇ ਉਹਨਾਂ ਨੂੰ ਉਪਜਾ ਕੇ ਆਮ ਵਿਅਕਤੀ ਲਈ ਉਹਨਾਂ ਨੂੰ ਖਾਸ ਉਦਾਹਰਨ ਬਣਾ ਦਿੱਤਾ ਸੀ ਆਰਥਿਕਤਾ ਦੀਆਂ ਤੰਗ ਗਲੀਆਂ ਵਿੱਚੋਂ ਗੁਜ਼ਰਦਿਆਂ ਵੀ ਉਹਨਾਂ ਨੇ ਖੁਸ਼ਹਾਲ ਸਮਾਜ ਦੀ ਸਿਰਜਣਾ ਲੋੜੀ ਵੀ ਤੇ ਤਾ ਉਮਰ ਉਸ ਲਈ ਯਤਨਸ਼ੀਲ ਵੀ ਰਹੇ ਡਾਕਟਰ ਹਰਦਿਆਲ ਸਿੰਘ ਜੀ ਦਾ ਕਰਮ ਖੇਤਰ ਐਗਰੀਕਲਚਰ ਯੂਨੀਵਰਸਿਟੀ ਸੀ ਤੇ ਉਹਨਾਂ ਦੀ ਅਗਲੀ ਪੀੜ੍ਹੀ ਯੂਨੀਵਰਸਿਟੀ ਵਾਲਿਆਂ ਨਾਲ ਹੀ ਪਰਨਾਈ ਗਈ ਤੇ ਅਜੋਕੀ ਪੀੜ੍ਹੀ ਯੂਨੀਵਰਸਿਟੀ ਨਾਲ ਸੰਬੰਧਤ ਵਪਾਰ ਵਿੱਚ ਰੁੱਝੀ ਹੋਈ ਹੈ ਯੂਨੀਵਰਸਿਟੀ ਦੇ ਕਣ-ਕਣ ਵਿੱਚੋਂ ਸੰਨ ਤੇ ਉਹਨਾਂ ਦੀ ਰਗ ਰਗ ਵਿੱਚ ਯੂਨੀਵਰਸਿਟੀ ਸਮਾਈ ਹੋਈ ਸੀ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸਦਕ ਤੇ ਸਿਰੜ ਨਾਲ, ਭਰੋਸੇ ਤੇ ਵਿਸ਼ਵਾਸ ਨਾਲ ਇੱਕ ਵਿਅਕਤੀ ਜੇ ਕਰਨ ਤੇ ਆ ਜਾਏ ਤਾਂ ਕੀ ਨਹੀਂ ਕਰ ਸਕਦਾ। ਉਹਨਾਂ ਦੇ ਕੋਲ ਇੱਕ ਐਸੀ ਨੀਜ ਸੀ ਜੋ ਰੁਕਾਵਟਾਂ, ਹਨੇਰੀਆਂ ਤੇ ਮੁਸ਼ਕਲਾਂ ਤੋਂ ਪਾਰ ਵੇਖਦੀ ਸੀ। ਉਹਨਾਂ ਦੇ ਇਰਾਦੇ ਉੱਚੇ ਸਨ। ਉਹਨਾਂ ਦੀ ਲਗਨ ਡੂੰਗੀ ਸੀ। ਇਰਾਦਿਆਂ ਨੇ ਉਹਨਾਂ ਨੂੰ ਥੱਕਣ ਨਾ ਦਿੱਤਾ ਲਗਨ ਨੇ ਉਹਨਾਂ ਨੂੰ ਹਾਰਨ ਨਾ ਦਿੱਤਾ ਉਹ ਧਰਤੀ ਪੁੱਤਰ ਸਨ ਸਿਰਫ ਧਰਤੀ ਤੇ ਹੀ ਨਹੀਂ ਕਾਹਵਾਂਗ ਧਰਤੀ ਤੋਂ ਵੀ ਨੀਚੇ ਤੱਕ ਵਸਦੇ ਸਨ ਨਿੰਦਾ ਤੋਂ ਮੁਕਤ ਸਨ ਸੰਤੁਸ਼ਟ ਸਨ ਮਸਤੀ ਭਰਿਆ ਜੀਵਨ ਬਤਾਉਂਦੇ ਸਨ ਇਸੇ ਲਈ ਸਭ ਨੂੰ ਚੰਗੇ ਲੱਗਦੇ ਸਨ ਉਹਨਾਂ ਨੇ ਰੱਬ ਨਾਲ ਵੀ ਆੜੀ ਗੰਢੀ ਹੋਈ ਸੀ ਇਸੇ ਲਈ ਉਹ ਹਰ ਮੁਸ਼ਕਿਲ ਤੋਂ ਉਸੇ ਦਾ ਹੱਥ ਫੜ ਕੇ ਪਾਰ ਲੰਘ ਜਾਂਦੇ ਸਨ ਪੁਸਤਕਾਂ ਤੇ ਫੁੱਲਾਂ ਦਾ ਉਹਨਾਂ ਨੂੰ ਜਨੂੰਨ ਸੀ ਪੁਸਤਕਾਂ ਉਹਨਾਂ ਨੂੰ ਸਹੇਲੀਆਂ ਵਾਂਗ ਤੇ ਫੁੱਲ ਉਹਨਾਂ ਨੂੰ ਮਿੱਤਰਾਂ ਵਾਂਗ ਜਪਦੇ ਸਨ ਖਾਣ ਪੀਣ ਦੇ ਬਹੁਤ ਸ਼ੌਕੀਨ ਸਨ ਇਸੇ ਲਈ ਲਗਭਗ ਅਖੀਰ ਤੱਕ ਉਹਨਾਂ ਨੇ ਜ਼ਿੰਦਗੀ ਨੂੰ ਸਵਾਦ ਨਾਲ ਭਰਪੂਰ ਹੋ ਕੇ ਜੀਵਿਆ ਕਰुणा ਦਇਆ ਤੇ ਹਮਦਰਦੀ ਦਾ ਉਹ ਮੁਜਸਮਾ ਸਨ ਇਸੇ ਲਈ ਉਹਨਾਂ ਦੇ ਘਰੋਂ ਕਦੀ ਕੋਈ ਖਾਲੀ ਵਾਪਸ ਨਹੀਂ ਜਾਂਦਾ ਸੀ ਪਰਉਪਕਾਰਤਾ ਸਭ ਨੂੰ ਦਿਖਦਾ ਹੈ ਪਰ ਪਰਉਪਕਾਰ ਕਰਨਾ ਤੇ ਨਾ ਦੱਸਣਾ ਖੁਦਾਈ ਹੈ ਕਿਉਂਕਿ ਪ੍ਰਭੂ ਪਿਆਰੇ ਇਉਂ ਹੀ ਕਰਦੇ ਹਨ ਉਹਨਾਂ ਦਾ ਜੀਵਨ ਸੰਤਾਂ ਵਰਗਾ ਸੀ ਇਸੇ ਲਈ ਉਹ ਹਰ ਤਰ੍ਹਾਂ ਦੇ ਖੋਟ ਤੋਂ ਮੁਕਤ ਸਨ ਮੁਸਕਰਾਉਂਦੇ ਹੋਏ ਉਹ ਹਰੇ ਸੇਬਾਂ ਵਿੱਚ ਲਾਲ ਸੇਬਾਂ ਵਰਗੇ ਲੱਗਦੇ ਸਨ ਉਹਨਾਂ ਨੂੰ ਮਿਲ ਕੇ ਹਰ ਕੋਈ ਆਪਣੇ ਆਪ ਨੂੰ ਲੱਭ ਲੈਂਦਾ ਸੀ ਉਹ ਜਾਨਵਰਗੇ ਨਹੀਂ ਸੀ ਚਾਨੋਂ ਦਾ ਵਰਗਾ ਸੀ ਇਉਂ ਜਪਦਾ ਸੀ ਕਿ ਰੱਬ ਸਾਡੇ ਗੁਆਂਢ ਚ ਹੀ ਰਹਿੰਦਾ ਸੀ ਵਿਰਲਾਪ ਨਾ ਕਰੋ ਕਿ ਉਹ ਚਲੀ ਗਈ ਸੋ ਗੁਪਰਸਨ ਹੋਵੋ ਕਿ ਉਹ ਕਿਸੇ ਵੇਲੇ ਇਸੇ ਧਰਤੀ ਇਸੇ ਮੁਹੱਲੇ ਇਸੇ ਯੂਨੀਵਰਸਿਟੀ ਤੇ ਨੇੜਲੇ ਘਰ 'ਚ ਸਾਡੇ ਕੋਲ ਸਨ ਧੰਨਵਾਦ